ਸਾਰੇ ਪੰਜਾਬ ਦੇ ਵਿੱਚ ਕਰਫਿਊ ਲੱਗਿਆ ਹੋਇਆ। ਜਲੰਧਰ ਦੇ ਵਿੱਚ ਵੀ ਅਸੀਂ ਕਰਫਿਊ ਇਨਫੋਰਸਮੈਂਟ ਪਬਲਿਕ ਦੀ ਸਹਿਯੋਗ ਨਾਲ ਕਰ ਰਹੇ ਹਾਂ, ਔਰ ਜਿੱਥੇ ਸਖਤੀ ਦੀ ਲੋੜ ਹੈ ਉੱਥੇ ਸਖਤੀ ਵੀ ਕੀਤੀ ਜਾ ਰਹੀ ਹੈ। ਬਹੁਤ ਸਾਰੀਆਂ FIR ਦਰਜ ਹੋਈਆਂ ਜਿਹੜੇ ਅਨਨੈਸੈਸਰੀ ਲੋਕ ਵਾਇਲੇਸ਼ਨਸ ਕਰ ਰਹੇ ਸੀ, ਗੱਡੀਆਂ ਉਹਨਾਂ ਦੀਆਂ ਇੰਪਾਊਂਡ ਹੋਈਆਂ, ਚਲਾਨਸ ਇਸ਼ੂ ਹੋਏ ਹੈ, ਅਰੈਸਟ ਵੀ ਹੋਈਆਂ। ਮੈਂ ਫਿਰ ਇਸ ਚੀਜ਼ ਨੂੰ ਸਪਲੀਮੈਂਟ ਕਰਨ ਵਾਸਤੇ ਸਾਡੀ ਫੋਰਸ ਵੀ ਜਿਹੜੀ ਹੈ ਉਹ ਵੀ, ਕਿਉਂਕਿ ਕਾਫੀ ਲੌਂਗ ਡਿਊਟੀ ਆਵਰਸ ਨੇ, ਉਹ ਵੀ ਸਪਲੀਮੈਂਟ ਉਹਨਾਂ ਵਾਸਤੇ ਚਾਹੀਦਾ ਸੀ। ਉਸ ਵਾਸਤੇ ਅਸੀਂ ਲੋਕਲ CRPF ਦੇ ਅਫਸਰਾਂ ਨਾਲ ਗੱਲ ਕਰਕੇ 6 ਸੈਕਸ਼ਨਾਂ CRP ਦੀਆਂ ਡਿਪਲੋਇਮੈਂਟ ਵਾਸਤੇ ਉਹਨਾਂ ਤੋਂ ਲਈਆਂ, ਜੋ ਕਿ ਅਸੀਂ ਆਪਣੇ ਹੌਟਸਪੋਟਸ ਆਈਡੈਂਟੀਫਾਈ ਕੀਤੇ ਆ, ਜਿਵੇਂ ਕਿ ਦਿਲਕੁਸ਼ਾ ਮਾਰਕੀਟ ਹੈ, ਮੋਲਟਾਊਨ ਮਾਰਕੀਟ ਹੈ, ਸਬਜ਼ੀ ਮੰਡੀ ਹੈ ਸਵੇਰ ਦੇ ਟਾਈਮ 'ਤੇ, ਔਰ ਬਾਕੀ ਜਿਹੜੇ 2 ਮੋਬਾਈਲਸ ਅਸੀਂ ਆਪਣੇ ਕਮਿਸ਼ਨਰੇਟ ਦੇ ਏਰੀਏ ਦੇ ਵਿੱਚ ਚਲਾਉਣ ਜਾ ਰਹੇ ਹਾਂ, ਤਾਂ ਕਿ ਜਿਹੜੀ ਸਾਡੀ ਫੋਰਸ ਹੈ ਉਹਨੂੰ ਸਪਲੀਮੈਂਟ ਵੀ ਹੋਵੇ, ਔਰ ਪੈਰਾਮਿਲਟਰੀ ਦਾ ਜਿਹੜੀ ਡਿਪਲੋਇਮੈਂਟ ਹੈ ਉਹਦੇ ਨਾਲ ਉਹਦਾ ਕਰਫਿਊ ਇਨਫੋਰਸਮੈਂਟ ਜਿਹੜੀ ਹੈ ਉਹ ਜ਼ਿਆਦਾ ਬਿਹਤਰ ਹੋ ਸਕੇ। ਮੈਂ ਉਮੀਦ ਕਰਦਾ ਕਿ ਸਾਡੇ ਜਿਹੜੇ ਸੂਝਵਾਨ ਸਾਰੇ ਸਰੋਤੇ ਨੇ, ਔਰ ਜਲੰਧਰ ਦੇ ਰੈਜੀਡੈਂਟਸ ਜਿਹੜੇ ਹਮੇਸ਼ਾ ਹੀ ਲੋਅ ਨੂੰ ਬੜਾ ਅਵਾਈਡ ਕਰਦੇ ਹੈ, ਉਹ ਸਾਡਾ ਸਹਿਯੋਗ ਦੇਣਗੇ। ਜਿਹੜੀ ਸੋਸ਼ਲ ਡਿਸਟੈਂਸਿੰਗ ਦਾ ਨੋਰਮ ਹੈ ਉਹ ਐਕਸਪਰਟਸ ਨੇ ਦਿੱਤਾ, ਔਰ ਗਲੋਬਲੀ ਵਿਸ਼ਵ ਭਰ ਦੇ ਵਿੱਚ ਇਹ ਪ੍ਰੋਬਲਮ ਹੈ, ਇਹਨੂੰ ਅਸੀਂ ਸੀਰੀਅਸਲੀ ਲਈਏ, ਔਰ ਪੁਲਿਸ ਅਤੇ ਪ੍ਰਸ਼ਾਸਨ ਦਾ ਇਸ 'ਚ ਸਾਥ ਦੇ।